ਅੱਜ ਪ੍ਰਭਦੀਪ ਸਿੰਘ ਹੁਣੀ ਨਿਕਲੇ ਨੇ ਘਰੋਂ ਬਾਹਰ ਆਪਦਾ ਗੋਡਾ ਫਿਕਸ ਕਰਨ ਦੀ ਕੋਸ਼ਿਸ਼ ਕਰਨ ਦੇ ਲਈ। ਹੁਣ ਤੁਸੀਂ ਸੋਚੋ ਇਹ ਗੋਡਾ ਕੀ ਫਿਕਸ ਕਰਨਾ ਹੈ, ਤਾਂ ਹੁਣ ਅੱਜ ਆ ਸ਼ੋਰਟਸ ਪਾਈਆਂ ਨਾਲ ਲੱਤਾਂ ਦਾ ਦੇਖਿਆ ਜਿਹੜਾ ਆਹ ਵਾਲਾ ਗੋਡਾ ਆਪਣਾ ਰਾਈਟ ਨਹੀਂ। ਇਹ ਜੇ ਤੁਸੀਂ ਆਪਣੇ ਪਿਛਲੀਆਂ ਵਲੌਗਸ ਦੇਖਦੇ ਤੁਹਾਨੂੰ ਪਤਾ ਹੋਵੇ ਸ਼ਾਇਦ ਕਿ ਕਾਫੀ ਦਿਨਾਂ ਦਾ ਦੁਖੀ ਜਾਂਦਾ। ਜਿਹੜੀ ਪੀੜ ਹੈ ਉਹ ਹੈਗੀ ਹੈ ਇੱਥੇ ਇਹਦੇ ਗੋਡੇ ਦੇ ਅੰਦਰ ਪਿੱਛੇ ਵਾਲੇ ਦਾ ਰਾਈਟ ਸਾਈਡ ਦਾ, ਇੱਥੇ ਜੇ ਪਟੈਲੋ ਫੈਮਰਲ ਹੋ ਗਿਆ ਮੈਨੂੰ ਪਤਾ ਨਹੀਂ ਜੋ ਵੀ ਹੁੰਦਾ। ਸੋ ਇੱਦਾਂ ਕਿ ਆਹ ਜਿਹੜੀ ਆਪਣੀ ਨੀ ਕੈਪ ਹੁੰਦੀ ਹੈ ਨਾ ਗੋਡੇ ਦੀ, ਇਹ ਜਦੋਂ ਮੂਵ ਹੋ ਜਾਂਦੀ ਜਿੱਦਾਂ ਇੱਧਰ ਨੂੰ ਬਾਹਰ ਨੂੰ ਜ਼ਿਆਦਾ ਚੱਲ ਜਾਂਦੀ ਜਦੋਂ, ਉਦੋਂ ਇੱਥੇ ਜਿਹੜੀ ਇੱਧਰ ਸਾਈਡ 'ਤੇ ਹੱਡੀ ਹੁੰਦੀ ਉਹਦਾ ਰੱਬ ਕਰਨੀ ਸ਼ੁਰੂ ਕਰ ਦਿੰਦਾ। ਇੱਕ ਨਵੀਂ ਚੀਜ਼ ਪਾ ਲੱਗੀ ਉਹ ਹੈਗੀ ਕਿ ਜਿਹੜੀ ਅਥਲੈਟਿਕ ਟੇਪ ਮਿਲ ਜਾਂਦੀ ਹੈ ਇੱਕ, ਉਹ ਟੇਪ ਆਪਾਂ ਬੰਨ ਕੇ ਇਹਨੂੰ ਖਿੱਚ ਕੇ ਅਤੇ ਵਾਪਸ ਇੱਥੇ ਰੱਖਣ ਦੀ ਕੋਸ਼ਿਸ਼ ਕਰ ਸਕਦੇ ਹਾਂ। ਅਥਲੈਟਿਕ ਟੇਪ ਜਿਹੜੀ ਉਹ ਲੈਣ ਦੀ ਕੋਸ਼ਿਸ਼ ਕਰ ਜਾਊਗਾ ਮੈਂ ਦੇਖਣਾ ਕਿ ਲੈ ਕੇ ਆ ਕੇ ਦੇਖਣਾ, ਜੇ ਉਹਦੇ ਨਾਲ ਫਰਕ ਪੈ ਜਾਂਦਾ ਫਿਰ ਸਾਨੂੰ ਪਤਾ ਲੱਗ ਜੂਗਾ ਕਿ ਪ੍ਰੋਬਲਮ ਕੀ ਸੀਗੀ, ਜੇ ਨਹੀਂ ਫਰਕ ਪੈਂਦਾ ਫਿਰ ਹੋਰ ਕੋਈ ਹੱਲ ਲੱਭਾਂਗੇ ਆਈ ਗੈਸ। ਇਹ ਮੈਨੂੰ ਮਤਲਬ ਪਹਿਲੀ ਵਾਰ ਨਹੀਂ ਹੋਈ, ਪਹਿਲਾਂ ਵੀ ਬੜੀ ਵਾਰ ਜਿੱਦਾਂ ਸ਼ੁਰੂ ਹੋ ਜਾਂਦੀ ਰਹੀ ਆ ਪਰ ਫਿਰ ਚੱਲ ਜਾਂਦੀ ਰਹੀ ਆ, ਫਿਰ ਸ਼ੁਰੂ ਹੋ ਜਾਂਦੀ ਰਹੀ ਆ, ਫਿਰ ਚਲਾਉਂਦੀ ਰਹੀ, ਪਰ ਉਹ ਜਿੱਦਾਂ ਕਦੀ ਖੱਬੇ ਗੋਡੇ 'ਤੇ ਹੋ ਜਾਂਦੀ, ਕਦੀ ਸੱਜੇ ਗੋਡੇ 'ਤੇ ਹੋ ਜਾਂਦੀ। ਮਤਲਬ ਕਿ ਵੀਡੀਓਜ਼ ਦੇ ਅਕੋਰਡਿੰਗ ਪ੍ਰੋਬਲਮ ਸੀਗੀ ਮੇਰੇ ਉਹਦੇ ਪੈਰਾਂ ਦੀ, ਫਲੈਟ ਫੁੱਟ ਹੋਣ ਕਰਕੇ ਮੈਂ ਸ਼ੂ ਜਿਹੜੇ ਗਲਤ ਪਾਉਂਦਾ ਰਿਹਾ। ਉੱਦਾਂ ਵੀ ਜੇ ਦੇਖੋ ਤਾਂ ਗੋਡੇ ਜ਼ੋਰ ਪਾਏ ਤਾਂ ਨਾਲੇ ਮੇਰੀ ਜਿਹੜੀਆਂ ਲੱਤਾਂ ਨੇ ਜਿਹੜੇ ਕੀ ਕਹਿੰਦੇ ਗੋਡੇ ਭਿੜਦੇ ਨਹੀਂ ਹੁੰਦੇ ਜਿੱਦਾਂ ਮੇਰੇ ਗੋਡੇ ਭਿੜਦੇ ਨੇ, ਨੀਜ਼ ਨੂੰ ਪ੍ਰੋਬਲਮ ਆ ਜਾਂਦੀ ਹੁੰਦੀ ਹੈ, ਉੱਤੋਂ ਫਲੈਟ ਫੁੱਟ ਹੈ ਉੱਤੋਂ ਗੋਡੇ ਭਿੜਦੇ ਆ, ਉਹਨਾਂ ਦੀ ਟੇਕ ਕੇਅਰ ਕਰਨ ਲਈ ਨੀਜ਼ ਦੀ ਜਿਹੜੀ ਐਕਸਰਸਾਈਜ਼ ਹੈ ਪ੍ਰੋਪਰ ਹੁੰਦੀ ਰਹਿਣੀ ਹੋਣੀ ਚਾਹੀਦੀ ਆ। ਅਤੇ ਆਪਾਂ ਤਾਂ ਹੁਣ ਟਰੱਕ ਚਲਾਉਂਦੇ ਰਹੇ ਹਾਂ, ਨੀਜ਼ ਦੀ ਐਕਸਰਸਾਈਜ਼ ਘੱਟ ਰੱਖੀ ਹੈ ਵਿੱਚ, ਕਦੀ ਕਦੀ ਕਰਨ ਲੱਗ ਪਈਦਾ, ਕਦੀ ਨਹੀਂ ਕਰਨ ਲੱਗ ਪਈਦਾ। ਅਤੇ ਹੁਣ ਜਦੋਂ ਤੋਂ ਛੁੱਟੀਆਂ ਲਈਆਂ ਸੀ ਟਰੱਕ ਤੋਂ, ਉਦੋਂ ਤੋਂ ਰਨਿੰਗ ਜਿਹੜੀ ਸੀ ਮੈਂ ਬਹੁਤ ਜ਼ਿਆਦਾ ਹਾਰਡ ਕਰਨ ਲੱਗ ਪਿਆ ਸੀ, ਅਤੇ ਉਹ ਰਨਿੰਗ ਜਿਹੜੀ ਤਾਂ ਟ੍ਰੇਲ ਵਗੈਰਾ 'ਤੇ ਕੀਤੀ ਮਿੱਟੀ 'ਤੇ ਜਿੱਥੇ ਸੌਫਟ ਆ ਉੱਥੇ ਤਾਂ ਕੋਈ ਗੱਲ ਨਹੀਂ, ਕਿਉਂਕਿ ਉੱਥੇ ਗੋਡਿਆਂ 'ਚ ਘੱਟ ਜ਼ੋਰ ਪੈਂਦਾ, ਟ੍ਰੇਲ ਜਿਹੜੀ ਉਹ ਜੋ ਅਬਜ਼ੋਰਬ ਕਰ ਦਿੰਦੀ ਇੰਪੈਕਟ। ਪਰ ਜਦੋਂ ਮੈਂ ਕੌਨਕ੍ਰੀਟ ਵਗੈਰਾ ਤਾਂ ਰਨਿੰਗ ਕਰ ਲਈ ਇੱਕ ਦਿਨ, ਉਹ ਦੱਬ ਕੇ ਕਰ ਲਈ, ਉਹ ਤੋਂ ਅਗਲੇ ਦਿਨ ਹੀ ਬਸ ਗੋਡਾ ਆਪਣਾ ਟਾਟਾ ਬਾਏ ਬਾਏ ਕਰ ਗਿਆ ਆਪਾਂ ਨੂੰ। ਮਤਲਬ ਕਿ ਉਦਣ ਦਾ ਫਿਰ ਮੈਨੂੰ ਸਮਝ ਨਹੀਂ ਆ ਰਹੀ ਕਿ ਮੈਂ ਇਹਦਾ ਹੱਲ ਕਰਾਂਗੀ ਕੀ ਕਰ ਸਕਦੇ ਇਹਦੇ ਬਾਰੇ, ਹੈ ਨਾ। ਅੱਜ ਮੈਂ ਬੈਠਾ ਘਰੇ ਘੰਟਾ ਇੱਕ ਵੀਡੀਓਜ਼ ਦੇਖਦਾ ਰਿਹਾ, ਡੇਢ ਘੰਟਾ ਵੱਧ ਹੀ ਦੇਖਦਾ ਰਿਹਾ ਹੁਣ ਵਾ, ਸਮਝਣ ਨੂੰ ਕੀ ਸਿਸਟਮ ਹੈ, ਕੀ ਪ੍ਰੋਬਲਮ ਹੋ ਸਕਦੀ ਹੈ, ਹੈ ਨਾ। ਆਪਣੇ ਆਪ ਨੂੰ ਪਤਾ ਹੋਵੇ ਨਾ ਕਿ ਆਹ ਚੀਜ਼ ਜਿਹੜੀ ਇੱਦਾਂ ਕੰਮ ਕਰਦੀ ਆ, ਇੱਦਾਂ ਚੀਜ਼ ਕਰਦੀ, ਆਹ ਵਾਲੀ ਪ੍ਰੋਬਲਮ ਆ ਜਾਂਦੀ, ਵਾਹ ਵਾਲੀ ਪ੍ਰੋਬਲਮ ਆ ਜਾਂਦੀ, ਕਿਉਂਕਿ ਜ਼ਿਆਦਾਤਰ ਜਿਹੜੀਆਂ ਆਪਾਂ ਨੂੰ ਪ੍ਰੋਬਲਮ ਆਉਂਦੀਆਂ ਨੇ 90% ਉਹਦਾ ਜਿਹੜੀ ਕਾਮਨ ਹੀ ਹੁੰਦੀਆਂ ਨੇ, ਆਮ ਤੌਰ 'ਤੇ ਲੋਕਾਂ ਨੂੰ ਆਲਰੇਡੀ ਆਈਆਂ ਹੁੰਦੀਆਂ ਨੇ। ਯਾਰ ਮੈਨੂੰ ਅਜੇ ਗੱਲ ਨਹੀਂ ਆ ਰਹੀ ਕਿਉਂਕਿ ਮੇਰਾ ਉੱਤੋਂ ਮੂੰਹ ਸੁੱਕਾ ਪਿਆ ਆ, ਉੱਤੋਂ ਮੈਂ ਅਜੇ ਸੁੱਤਾ ਪਿਆ ਤਾਂ ਸੁੱਤਾ ਜਿਹਾ। ਹੁਣ ਆਪਾਂ ਇੱਥੋਂ ਕਾਫੀ ਚੱਕ ਰਹੇ ਹਾਂ, ਕੋਲਡ ਕਾਫੀ ਕੱਲ੍ਹ ਵਾਲੀ ਜਿਹੜੀ ਕੱਲ੍ਹ ਆਪਾਂ ਲਈ ਸੀ ਨਾ, ਕੀ ਕਹਿੰਦੇ ਉਹਨੂੰ, ਮੀਡੀਅਮ ਕੋਲਡ ਬਰੂ ਵਨੀਲਾ, ਨਾਟ ਟੂ ਮਚ ਆਈਸ, ਲਾਈਕ ਹਾਫ ਆਈਸ, ਲਾਈਟ ਆਈਸ, ਦੈਟਸ ਆਲ। ਪਿਛਲੀ ਵਾਰ ਮੈਂ ਲੈ ਗਿਆ ਕੋਲਡ ਬਰੂ, ਉਹਨਾਂ ਨੇ ਅੱਧਾ ਕੱਪ ਆਈਸ ਨਾਲ ਭਰਤਾ, ਅਤੇ ਮੈਂ ਤਾਂ ਸੋਚਿਆ ਕਿ ਇੰਨਾ ਵੱਡਾ ਕੱਪ ਹੈ ਕਿੱਥੇ ਖਤਮ ਹੋਣੀ, ਹੈ ਨਾ, 5 ਕੁ ਸਿਪ ਲਏ ਤਾਂ ਖਤਮ ਹੋਣ ਵੀ ਲੱਗਦਾ, ਮੈਂ ਕਿਹਾ ਇਹ ਕੀ ਗੱਲ ਹੋਈ। ਫਿਰ ਮੈਂ ਦੇਖਿਆ ਜੇ ਇੰਨਾ ਕੱਪ ਸੀਗਾ, ਇੰਨੀ ਹੇਠ ਆਈਸ ਸੀਗੀ, ਹੁਣ ਬੰਦਾ ਆਈਸ ਤਾਂ ਪੀ ਨਹੀਂ ਸਕਦਾ, ਪੀਣੀ ਤਾਂ ਕਾਫੀ ਆ। ਉਹ ਟੌਪ ਤੱਕ ਆਈਸ ਨਾਲ ਨਹੀਂ ਭਰਤੀ, ਹੁਣ ਇਹਨਾਂ ਨੂੰ ਕਾਫੀ ਪਾਉਣੀ ਪਈ, ਕਹਿਣ ਟਿਮ ਹੋਟਲ ਵਾਲੇ ਕਹਿਣਾ ਕੋਈ ਪੈਂਦਾ ਆ, ਉਦਾਂ ਹੀ ਕਾਫੀ ਦੇ ਦਿਆ ਕਰੋ, ਆਈਸ ਤਾਂ ਭਰ ਦਿੰਦੇ ਹੋ ਕੱਪਰ, ਆਈ ਗਿਆ ਕਈਆਂ ਨੂੰ ਸ਼ਾਇਦ ਆਈਸ ਜਿਹੜੀ ਪਸੰਦ ਹੋਵੇ ਹੌਲੀ ਹੌਲੀ ਪੀਂਦੇ ਹੋਣੇ, ਹੈ ਨਾ, ਆਪਾਂ ਤਾਂ ਫਟਾਫਟ ਪੀਣੀ ਹੁੰਦੀ, ਉਦਾਂ ਹੁੰਦਾ ਹੋਣਾ ਕਿ ਹੌਲੀ ਹੌਲੀ ਆਈਸ ਮੈਲਟ ਹੁੰਦੀ ਰਹੂਗੀ, ਉਹਨੂੰ ਪੀਂਦੇ ਰਹਾਂਗੇ। ਕੱਲ੍ਹ ਵਨੀਲਾ ਕਰੀਮ ਪੀਤੀ ਸੀ, ਅੱਜ ਪੀ ਰਹੇ ਹਾਂ ਸਾਲਟਡ ਕੈਰਾਮਲ। ਹੁਣ ਮੈਂ ਡਰਾਈਵਿੰਗ ਕਰ ਰਿਹਾ ਨਾ, ਡਰਾਈਵਿੰਗ ਕਰਦਿਆਂ ਜਿਹੜੀ ਗੋਡੇ ਦੀ ਪੀੜਾ ਥੋੜ੍ਹੀ ਜ਼ਿਆਦਾ ਹੋਣ ਲੱਗ ਪੈਂਦੀ ਹੈ, ਕਿਉਂਕਿ ਜਿੱਦਾਂ ਹੁਣ ਦੇਖ ਗੋਡਾ ਉਹ ਬੈਂਡ ਹੋਇਆ ਪਿਆ, ਜਦੋਂ ਲੱਤ ਸਿੱਧੀ ਰੱਖਦੇ ਹਾਂ ਉਦੋਂ ਪੀੜ ਨਹੀਂ ਕਰਦੀ, ਲੱਤ ਸਿੱਧੀ ਅਤੇ ਉਹਦੀ ਜਿਹੜੀ ਆਪਣੀ ਨੀ ਕੈਪ ਆ ਉਹ ਫਿਰ ਵਿਚਕਾਰ ਆ ਜਾਂਦੀ ਹੈ ਨਾ, ਪਰ ਜਦੋਂ ਗੋਡਾ ਬੈਂਡ ਹੋ ਜਾਂਦਾ ਵਾ ਫਿਰ ਉਹ ਨੀ ਕੈਪ ਨੂੰ ਇੱਧਰ ਸੱਜੇ ਖੱਬੇ ਜਾਣਾ ਪੈਂਦਾ, ਵਿਚਕਾਰ ਨਹੀਂ ਰਹਿੰਦੀ, ਜਾਣਾ ਪੈਂਦਾ ਹੋਣਾ ਚਾਹੀਦਾ ਤਾਂ ਨਹੀਂ ਹੈ ਪਰ ਜਾਂਦਾ ਆ, ਜਿੱਦਾਂ ਹੁਣ ਥੋੜ੍ਹਾ ਜਿਹਾ ਬੈਂਡ 'ਤੇ ਮੈਂ ਜਦੋਂ ਡਰਾਈਵਿੰਗ ਕਰਦੇ ਹਾਂ ਬੜੀ ਪੀੜ ਹੁੰਦੀ ਹਮੇਸ਼ਾ, ਡਰਾਈਵਿੰਗ ਤਾਂ ਆਪਾਂ ਕਰਦੇ ਜਿਹਦਾ ਆ ਗਿਆ ਉਹ ਇੱਥੇ ਜਾਣਾ ਆ ਰੈਕਸਾਲ ਪਲੇਸ, ਰੈਕਸਾਲ ਵਾਲਿਆਂ ਕੋਲੋਂ ਹੋਣਾ ਚਾਹੀਦਾ ਆ ਐਥਲੈਟਿਕ ਟੇਪ, ਇਹਨਾਂ ਕੋਲ ਕਾਫੀ ਮੈਡੀਕਲ ਕੇਅਰ ਵਾਲੀਆਂ ਚੀਜ਼ਾਂ ਮਿਲ ਜਾਂਦੀਆਂ ਨੇ ਅਕਸਰ। ਐਥਲੈਟਿਕ ਟੇਪ, ਜਦੋਂ ਮੈਂ ਉਹ ਵੀਡੀਓ ਦੇਖਦਾ ਸੀਗਾ ਨਾ ਉਹ 'ਚ ਕਹਿੰਦੇ ਐਥਲੈਟਿਕ ਟੇਪ ਨਹੀਂ, ਪਹਿਲਾਂ ਉਹਨਾਂ ਨੇ ਇਕੱਲਾ ਟੇਪ ਗਿਆ, ਕਹਿੰਦੇ ਟੇਪ ਨਾਲ ਇੱਦਾਂ ਤੁਸੀਂ ਗੋਡੇ ਨੂੰ ਪੁੱਲ ਬੈਕ ਕਰ ਸਕਦੇ ਹੋ, ਮੈਂ ਪਤਾ ਮੈਂ ਜਾ ਕੇ ਮੈਂ ਸਵੇਰੇ ਦਿਮਾਗ 'ਚ ਇੱਕੋ ਦਮ ਆਈਡੀਆ, ਮੈਂ ਕਿਹਾ ਮੇਰੇ ਤੋਂ ਸੈਲੋ ਟੇਪ ਪਈ ਆ ਜਿਹੜੀ ਕਲੀਅਰ ਟੇਪ ਹੁੰਦੀ ਆ ਪੇਪਰ 'ਤੇ ਲਾਉਣ ਵਾਲੀ, ਕਨਫਿਊਜ਼ਨ ਬੜੀ ਤਗੜੀ ਆ। ਟੇਪ ਲੱਭੀ ਆਪਾਂ ਨੂੰ ਕਿਨੀਸੀਓਲੋਜੀ ਟੇਪ, ਸਪੋਰਟਸ ਟੇਪ, ਹੁਣ ਉਹ ਕਹੀ ਜਾਂਦੇ ਸੀ ਅਥਲੈਟਿਕ ਟੇਪ ਚਾਹੀਦੀ ਆ, ਇਹ ਹੈਗੀ ਆ ਸਪੋਰਟਸ ਟੇਪ। ਸਪੋਰਟਸ ਟੇਪ ਅਤੇ ਅਥਲੈਟਿਕ ਟੇਪ 'ਚ ਕੀ ਫਰਕ ਆ, ਕੀ ਸਾਨੂੰ ਇਹੋ ਹੀ ਲੈ ਕੇ ਚੱਲ ਜਾਣਾ ਚਾਹੀਦਾ ਜਾਂ ਸਾਨੂੰ ਅਥਲੈਟਿਕ ਟੇਪ ਹੀ ਲੱਭਣੀ ਚਾਹੀਦੀ? ਇਹ ਪ੍ਰਭਦੀਪ ਸਿੰਘ ਹੁਣੀ ਨਹੀਂ ਜਾਣਦੇ ਤਾਂ ਕਰਕੇ ਉਹੀ ਲੈ ਕੇ ਚੱਲੇ ਜਾਣਗੇ, ਚਲੋ ਦੇ। ਅੱਛਾ, ਉਹਦੇ ਇਲਾਵਾ ਇੱਥੇ ਨੇੜੇ ਹੀ ਕੰਮ ਕਰਦੀ ਆ
ਮੁਮਤਾਜ਼ ਉਹ ਕਹਿੰਦੀ ਸੀ ਰੈੱਡ ਬੁੱਲ ਪੀਣੀ ਹੈ, ਉਹ ਰੈੱਡ ਬੁੱਲ ਲੱਗਦੇ ਆ ਬੱਡੀ ਲਾਏ ਨੇ, ਕਹਿੰਦੀ ਨੀਂਦ ਆਉਂਦੀ ਪਈ ਆ ਰੈੱਡ ਬੁੱਲ ਪੀਣੀ ਹੈ, ਮੈਂ ਠੀਕ ਹੈ ਜੀ ਰੈੱਡ ਬੁੱਲ ਦੇ ਜਾਂਦਾ, ਸੋ ਉੱਧਰ ਹੀ ਚੱਲਦੇ ਹਾਂ, ਉੱਥੇ ਜਾ ਕੇ ਨਾਲੇ ਟੇਪ ਲਾ ਦਾਂਗੇ। ਨੋ ਥੈਂਕ ਯੂ। ਸੋ ਇੰਨਾ ਕੁ ਟਾਈਮ ਡਰਾਈਵ ਕਰਨ ਤੋਂ ਬਾਅਦ ਹੁਣ ਜਦੋਂ ਮੈਂ ਖੜ੍ਹਾ ਹੁੰਦਾ ਫਿਰ ਬੜੀ ਸਾਹ ਜਿਹਾ ਮਿਲਦਾ ਗੋਡੇ ਨੂੰ, ਲੱਗਦਾ ਕਿ ਥੋੜ੍ਹਾ ਠੀਕ ਹੁੰਦਾ ਦੇਖਦਾ। ਬਾਹਰ ਦੀ ਹੱਡੀ ਵਰਾਫਟ ਡੂ ਇੱਧਰ ਨੂੰ ਖਿੱਚ ਕੇ ਥਾਈਡ ਹੇਅਰ ਨੂੰ ਖਿੱਚ ਕੇ ਇੱਧਰ ਨੂੰ ਬੰਨ੍ਹਣੀ ਪੈਣੀ ਹੈ, ਸੋ ਦੈਟ ਇਟ ਡਜ਼ਨਟ ਗੋ ਆਊਟ ਲਾਈਕ ਦਿਸ, ਇਟ ਡਜ਼ਨਟ ਹਰਟ ਐਟ ਆਲ। When it hurts is when I do this. So what happens is it starts moving out. You see how it moves out? Mm-hmm. So mine goes too far out. You need to strengthen the muscle that holds it this way. And then you like press it in. And here this is where you like deliver that. ਮੈਨੂੰ ਲੱਗਦਾ ਕਿ ਆਪਾਂ ਜਿਹੜੀ ਟੇਪ ਹੈ ਗਲਤ ਲੈਂਦੀ ਆ, ਕਿਉਂਕਿ ਜਿਹੜੀ ਇਹ ਵਾਲੀ ਟੇਪ ਹੈ ਜ਼ਿਆਦਾ ਉਹ ਆ ਸਟ੍ਰੈਚਬਲ ਬਹੁਤ ਜ਼ਿਆਦਾ ਆ, ਇੰਨੀ ਫਲੈਕਸੀਬਲ ਨਹੀਂ ਹੋਣੀ ਚਾਹੀਦੀ, ਥੋੜ੍ਹੀ ਉਹ ਚਾਹੀਦੀ ਆ ਜਿਹੜੀ ਰਿਜਿਡ ਹੋਏ। ਸੋ ਇੱਕ ਤਾਂ ਆਪਣੀਆਂ ਲੱਤਾਂ ਜਿਹੜੀਆਂ ਨੇ ਇਹਨਾਂ ਦੇ ਵਾਲ ਬਹੁਤ ਆ, ਸਾਰੀ ਜਿਹੜੀ ਟੇਪ ਉਹ ਵਾਲਾਂ ਨੂੰ ਲੱਗੀ ਜਾਂਦੀ, ਸਕਿਨ ਨੂੰ ਜਾ ਕੇ ਲੱਗਦੀ ਹੋਈ, ਜਿਹੜੇ ਵਾਲ ਉਹ ਵੀ ਲਾਉਣੇ ਪੈਣੇ ਆ ਪਹਿਲਾਂ। ਲੱਗਦਾ ਨਹੀਂ ਪੂਰਾ ਐਥਲੀਟ ਵਰਗਾ। ਦੇਖੀਏ ਇਹ ਵੀ ਇੱਕ ਐਕਸਰਸਾਈਜ਼ ਆ, ਮੈਂ ਹੁਣੇ ਦੇਖ ਕੇ ਹਟਿਆ ਸੀਗਾ ਜਿਹੜੀ ਨੀ ਕੈਪ ਆ ਉਹਨੂੰ ਫੜ ਕੇ ਇੱਦਾਂ ਹਿਲਾ ਹਿਲਾ ਕੇ ਉਹਨੂੰ ਥੋੜ੍ਹਾ ਹੋਰ ਕੀ ਕਹਿੰਦੇ ਬਣਾਉਣਾ, ਮੋਬਾਈਲ ਨਹੀਂ ਫਲੈਕਸੀਬਲ, ਜਿਹੜੇ ਉਹਦੇ ਹੇਠਾਂ ਪਿੱਛੇ ਜਿਹੜੇ ਮਸਲ ਨੂੰ ਹੋਲਡ ਕਰਦੇ ਆ ਉਹਨਾਂ ਦਾ ਵਰਕ, ਉਹਨਾਂ ਉਹਨਾਂ ਨੂੰ ਥੋੜ੍ਹੇ ਹੋਰ ਫਲੈਕਸੀਬਲ ਬਣਾਉਣਾ ਜ਼ਰੂਰੀ ਹੁੰਦਾ, ਇੱਦਾਂ ਹੱਥ ਨਾਲ ਬੜੇ ਕਰਨਾ। ਇੱਥੇ ਪਿੱਛੇ ਆ ਵਾਲੀ ਚੀਜ਼ ਆ ਨਾ, ਟੇਪ ਕਰਤਾ ਆ ਤਾਂ ਕਿ ਜਦੋਂ ਮੈਂ ਇੱਦਾਂ ਹੁਣ ਗੋਡਾ ਫਲੈਕਸ ਕਰੂੰਗਾ ਜਿਹੜੀ ਆਪਣੀ ਨੀ ਕੈਪ ਆ ਇਹ ਉੱਧਰ ਨੂੰ ਜਾਊਗੀ ਨਹੀਂ, ਇਹਦੇ ਨਾਲ ਇੱਧਰ ਨੂੰ ਪੋਸਟਰ ਰਹੂਗੀ ਥੋੜ੍ਹੀ। ਸੋ ਹੁਣ ਜਿਹੜੀ ਆ ਪੇਨ ਇੱਦਾਂ ਕੀਤਾ ਨਹੀਂ ਹੁੰਦੀ, ਜਦੋਂ ਮੈਂ ਭਾਰ ਪਾ ਕੇ ਹੇਠਾਂ ਭਾਰ ਵਗੈਰਾ ਪਾਉਂਦਾ ਫਿਰ ਥੋੜ੍ਹੀ ਜਿਹੀ ਹੁੰਦੀ, ਕਿਉਂਕਿ ਫਿਰ ਉੱਤੇ ਭਾਰ ਆ ਜਾਂਦਾ। ਸੋ ਹੁਣ ਜੇਕਰ ਉਹਨੂੰ ਇੱਦਾਂ ਕਰ ਰੱਖ ਕੇ ਅਤੇ ਰੈਸਟ ਕਰ ਛੱਡਦਾ ਫਿਰ ਉਹਨੇ ਹੋ ਜਿਹੜੀ ਆਈ ਗੈਸ ਫਿਕਸ ਹੋ ਜਾਣਾ ਬਸ। ਸੋ ਕੰਪਿਊਟਰ ਤੁਸੀਂ ਦੇਖ ਸਕਦੇ ਹੋ ਵੀਡੀਓ ਹੋ ਰਹੀ ਹੈ ਰੈਂਡਰ, ਜਦੋਂ ਵੀਡੀਓ ਰੈਂਡਰ ਹੋ ਜਾਂਦੀ ਇੱਦਾਂ ਹੁਣ ਮਤਲਬ ਕਿ 3 ਮਿੰਟ ਲੱਗਣੇ ਵੀਡੀਓ ਰੈਂਡਰ ਹੁੰਦਾ। ਅਤੇ ਵੀਡੀਓ ਦੇ ਵਿੱਚ ਕੱਲ੍ਹ ਮੈਂ ਗੱਲ ਕਰਦਾ ਸੀਗਾ ਕੰਸਿਸਟੈਂਸੀ ਬਾਰੇ, ਜਦੋਂ ਕੁਛ ਕਰਦੇ ਹਾਂ ਰੋਜ਼ ਥੋੜ੍ਹਾ ਜਿਹਾ ਕਰ ਦੇਣਾ ਚਾਹੀਦਾ, ਉਹ ਤੋਂ ਮੈਨੂੰ ਯਾਦ ਆਇਆ ਕਿ ਅੱਜ ਆਪਾਂ ਜਿੰਮ ਨਹੀਂ ਗਏ, ਯਾਦ ਇਹ ਆਇਆ ਕਿ ਜਿੰਮ ਅੱਜ ਬੰਦ ਹੁੰਦਾ 8:30 ਵਜੇ ਅਤੇ 7:00 ਅਤੇ 13 ਮਿੰਟ ਹੋ ਗਏ ਨੇ, ਨਿਕਲਦਾ 7:30 ਹੋ ਜਾਣੇ ਆ, 50 ਕੁ ਮਿੰਟ ਮਿਲਣੇ ਜਿੰਮ ਦੇ ਵਿੱਚ, 1.5 ਘੰਟਾ ਲਾਉਣਾ ਜਾ ਕੇ ਇਹ ਸੋਚ ਦਿੰਦੇ ਹਾਂ, ਪਰ ਫਿਰ ਵੀ ਜੇ 50 ਮਿੰਟ ਹੀ ਲਾਉਣੇ ਆ ਉਹ ਬੈਟਰ ਨੇ 0 ਮਿੰਟ ਨਾਲ ਲਾਇਆ ਨੂੰ, ਜੇ ਆਪਾਂ ਆਪਣੀ ਸਿਹਤ ਨੂੰ ਪ੍ਰਾਇਓਰਟੀ ਬਣਾ ਕੇ ਰੱਖਣਾ, ਜੇ ਆਪਣੀ ਫਿਟਨੈਸ ਪ੍ਰਾਇਓਰਟੀ ਬਣਾ ਕੇ ਰੱਖਣਾ। ਸੋ ਉਹਦੇ ਕਰਕੇ ਮੈਂ ਲੱਗਾ ਤਿਆਰੀ ਕਰਨ ਜਿੰਮ ਜਾਣ ਦੀ, ਅਤੇ ਵੀਡੀਓ ਰੈਂਡਰ ਹੋ ਜਾਣੀ ਆ 2 ਮਿੰਟਾਂ 'ਚ, ਰੈਂਡਰ ਹੋ ਕੇ ਉਹਨੂੰ ਅਪਲੋਡ ਹੀ ਤਾਂ ਲਾ ਕੇ ਆਪਾਂ ਤੁਰ ਪੈਣਾ ਜਿੰਮ ਨੂੰ, ਅਤੇ ਅੱਜ ਜਾ ਕੇ ਅਤੇ ਵਰਕਆਊਟ ਕਰਦੇ ਹਾਂ ਬੈਕ ਦਾ। ਕੀ ਕਹਿੰਦੇ ਹੁੰਦੇ ਜਦੋਂ ਕਿਸਮਤ ਹੋਵੇ ਯੂ ਡੂ, ਕੀ ਕਰੇਗਾ ਬੋਨੋੜਿਆ, ਦੁੱਧ ਵਾਲੀ ਗੱਲ ਹੋਈ ਮੇਰੇ ਨਾਲ। 7:18 ਹੋ ਗਏ ਨੇ ਅਤੇ ਵੀਡੀਓ ਆਪਣੀ ਖਰਾਬੀ ਆ ਗਈ, ਕਿ ਵੀਡੀਓ ਦੇ ਵਿੱਚ ਖਰਾਬੀ ਇੱਦਾਂ ਆ ਗਈ ਕਿ ਉਹਦੀ ਜਿਹੜੀ ਆਡੀਓ ਆ ਵਿੱਚ ਇੱਕ ਪੋਰਸ਼ਨ ਆਡੀਓ ਦਾ ਪੂਰਾ ਮਿਸਿੰਗ ਆ, ਪਤਾ ਨਹੀਂ ਕਿਵੇਂ ਰੈਂਡਰਿੰਗ 'ਚ ਹੀ ਪ੍ਰੋਬਲਮ ਆ ਗਈ ਕੋਈ। ਹੁਣ ਮੈਂ ਦੋਹਰੇ ਉਹਨੂੰ ਰੈਂਡਰਿੰਗ 'ਤੇ ਲਾ ਕੇ
ਮਤਲਬ 5-7 ਮਿੰਟ ਹੋਰ ਐਕਸਟਰਾ ਲੱਗ ਜਾਣੇ, ਵੱਧ ਹੀ ਲਾ ਸਕਦੇ ਹੁਣ ਪਤਾ ਨਹੀਂ। ਆਪਾਂ ਇੱਦਾਂ ਕਰਦੇ ਹਾਂ, ਆਪਾਂ ਟਾਈਮ ਪ੍ਰੀ ਵਰਕਆਊਟ ਜਿਹੜਾ ਉਹ ਤਿਆਰ ਕਰ ਲੈਂਦੇ ਹਾਂ। ਹੋਰ ਤਾਂ ਆਪਣੀ ਜ਼ਿੰਦਗੀ ਦੇ ਕਿਹੜੇ ਸਟਰਗਲ ਸ਼ੇਅਰ ਕਰਨ ਦੀ ਲੋੜ ਆ ਮੈਨੂੰ, ਇਹੋ ਦੱਸ ਦੇ ਬੰਦਾ ਕਿ ਯੂਟਿਊਬ ਵੀ ਕਿੰਨਾ ਦੁਖੀ ਕਰ ਦਿੰਦੀ ਬੰਦੇ ਨੂੰ ਕਹਿੰਦੇ। ਪਤਾ ਨਹੀਂ ਹੁੰਦਾ ਰੈਂਟਰ ਹੋਣ ਤੋਂ ਬਾਅਦ, ਰੈਂਟਰ ਹੋਣ ਤੋਂ ਬਾਅਦ ਵੀ ਵੀਡੀਓ ਨੇ ਅਪਲੋਡ ਹੋਣ ਤੋਂ ਬਾਅਦ ਕੋਈ ਪ੍ਰੋਬਲਮ ਦੇਣੀ ਹੈ ਕਿ ਨਹੀਂ ਦੇਣੀ, ਇਹ ਵੀ ਨਹੀਂ ਪਤਾ ਹੁੰਦਾ ਵੀ ਬਾਅਦ 'ਚ ਪਾਉਣਾ ਤਾਂ। ਇੱਕ ਸਕੂਪ ਪ੍ਰੀ ਵਰਕਆਊਟ ਦਾ ਭਰ ਕੇ, ਇਹ ਵਧੀਆ ਟਾਈਮ ਆ ਪੀਣ ਦੀ, ਕਿਉਂਕਿ 15-20 ਮਿੰਟ ਪਹਿਲਾਂ ਜਿਹੜਾ ਪੀਣਾ ਵਾ ਬੈਸਟ ਆਈਡੀਅਲ ਹੁੰਦਾ ਹੈ। ਬੈਸਟ ਆਈਡੀਅਲ, ਕਿਆ ਬਾਤ ਹੈ, ਕਿਆ ਅੰਗਰੇਜ਼ੀ ਪੜ੍ਹਦੀ ਸੀ, ਬੈਸਟ ਆਈਡੀਅਲ। ਕਿਹੜਾ ਦੂਜਾ ਰੈਂਡਰ ਕੱਢਣ ਦੀ ਲੋੜ ਸੀ ਉਹਨੂੰ ਕੱਢਣਾ ਸ਼ੁਰੂ ਕਰਤਾ, ਅਤੇ ਸ਼ੁਕਰ ਆ ਕਿ ਮੇਰੇ ਕੋਲ ਕੰਪਿਊਟਰ ਜਿਹੜਾ ਕਾਫੀ ਤੇਜ਼ ਆ। ਜੇ ਮੇਰਾ ਕੰਪਿਊਟਰ ਸੌ ਹੁੰਦਾ ਫਿਰ ਅੱਜ ਜਿਮ ਨਹੀਂ ਸੀ ਲੱਗਣਾ, ਜਦ ਜਿਮ ਨਹੀਂ ਸੀ ਲੱਗਣਾ ਜਾਂ ਵੀਡੀਓ ਲੇਟ ਹੋ ਜਾਣੀ ਸੀ, ਤਾਂ ਆਪਾਂ ਦੋਨਾਂ 'ਚੋਂ ਇੱਕ ਵੀ ਨਹੀਂ ਕਰਨਾ ਚਾਹੁੰਦੇ। ਸੋ ਹੁਣ ਉਹਨੇ ਰੈਂਡਰ ਹੋ ਜਾਣਾ, ਹੁਣ ਤਾਂ ਮੈਂ ਸ਼ੂ ਪਾ ਗਈ, ਲੈਟਸ ਗੋ। ਸ਼ੂ ਮੰਤਰ, ਲੈ ਇੰਨਾ ਵਧੀਆ ਦਿਨ ਸੀਗਾ ਅਤੇ ਫਿਰ ਉਹ ਬੱਦਲ ਹੀ ਬੱਦਲ ਹੋ ਗਏ। ਕਿੱਦਣ ਦਾ ਮੈਂ ਕਹੀ ਬੈਠਾ, ਗੱਡੀ ਵੀ ਧੋਣੀ ਆ, ਅੱਜ ਗੱਡੀ ਵੀ ਧੋਵਾਂਗੇ। ਭੁੱਲ ਗਿਆ ਪ੍ਰੀ ਵਰਕਆਊਟ, ਸਿੱਧਾ ਹੀ ਬੈਗ ਜਾਣਤੀ ਗੱਡੀ ਉੱਥੋਂ। ਓ ਰਿਸਕੀ ਰਿਸਕੀ ਕੰਮ, ਰਿਸਕੀ ਕੰਮ। ਕੀਤੀ ਗਲਤੀ ਆ ਅਤੇ ਕਾਹਲੀ ਅੱਗੇ ਹੁੰਦੇ ਆ ਟੋਏ। 7:30 ਹੋ ਗਏ ਆ, ਆਪਾਂ ਪਾਰਕਿੰਗ ਦੇਖੋ ਗੱਡੀ ਵਾਲੀ ਦੀ। ਕੀ ਬਣੂ ਤੇਰਾ ਪ੍ਰਭੂ, ਕੀ ਬਣੂ ਤੇਰਾ। ਬੈਕ ਅਤੇ ਆਪਣੇ ਡੋਲੇ, ਬੈਕ ਅਤੇ ਬਾਈਸੈਪਸ। ਲੱਤਾਂ ਲਾਈਆਂ ਨੂੰ ਕਾਫੀ ਟਾਈਮ ਹੋਇਆ ਵਾ, ਕਿਉਂਕਿ ਜਦੋਂ ਦੀ ਗੋਡੇ ਦੀ ਇੰਜਰੀ ਚੱਲ ਰਹੀ ਹੁੰਦੀ ਹੈ ਮੈਂ ਲੱਤਾਂ 'ਤੇ ਜੋੜ ਨਹੀਂ ਲਾਇਆ ਅਤੇ ਨਾ ਮੈਂ ਪਾਉਣਾ ਚਾਹੁੰਦਾ, ਕਿਉਂਕਿ ਮੈਂ ਥੋੜ੍ਹੀ ਜਿਹੀ ਕੋਸ਼ਿਸ਼ ਕਰੂੰਗਾ ਉੱਦਾਂ ਲੱਤਾਂ ਨੂੰ ਮੂਵ ਕਰਨ ਦੀ, ਕਿ ਗੋਡਾ ਦੇਖਾਂਗੇ ਕਿੱਥੋਂ ਤੱਕ ਜਰਦਾ, ਤਾਂ ਕਿ ਬਿਨਾਂ ਉਹਨੂੰ ਦੁੱਖ ਦਿੱਤਿਆਂ ਜ਼ਿਆਦਾ ਜਿੰਨੀ ਕੁ ਜਰ ਸਕਦੇ ਉੱਨਾ ਕੁ ਲੱਤਾਂ 'ਤੇ ਭਾਰ ਪਾਵਾਂਗੇ। ਪਰ ਉਹ ਇੱਕ ਰੀਹੈਬਿਲਟੇਸ਼ਨ ਵਾਲੀ ਰੀਹੈਬ ਵਾਲੀ ਐਕਸਰਸਾਈਜ਼ ਕਹਿੰਦੇ ਉਹਨੂੰ, ਜਿੱਦਾਂ ਰਹਿਦਾ ਦੈਨ ਕਿ ਪੂਰੀ ਠੋਕੇ ਥੋਕੇ ਆਪਾਂ ਲਾਵਾਂਗੇ ਬੈਕ। ਟਾਈਮ ਆਪਣੇ ਕੋਲੋਂ ਕਿੰਨਾ ਮਿਲਣਾ ਆ, ਟਾਈਮ ਮਿਲਣਾ ਮੈਨੂੰ ਲੱਗਦਾ ਆ 45 ਮਿੰਟ, 40 ਕੁ ਮਿੰਟ ਪ੍ਰੋਪਰਲੀ ਲਾ ਸਕਦੇ। 40 ਮਿੰਟ 'ਚ ਜੇਕਰ ਤੁਸੀਂ ਜੇਕਰ ਮਤਲਬ ਕੰਮ ਹੀ ਇਹੋ ਸੋਚਿਆ ਹੋਇਆ ਕਿ ਵਰਕਆਊਟ ਹੀ ਕਰਨਾ ਵਾ ਪ੍ਰੋਪਰਲੀ, ਸੈੱਟ ਬਾਏ ਸੈੱਟ ਤੁਰੇ ਰਹਿਣਾ 40 ਮਿੰਟ ਬਹੁਤ ਟਾਈਮ ਹੁੰਦਾ ਵਾ ਇੱਕ ਕੰਪਲੀਟ ਵਰਕਆਊਟ ਕਰਨ ਦੀ ਇੱਕ ਦਿਨ ਦੇ ਲਈ। ਇਨਫੈਕਟ ਜੇ ਤੁਸੀਂ ਹਫ਼ਤੇ 'ਚ ਵੀ 40 ਮਿੰਟ ਵੀ ਲਾ ਸਕਦੇ ਹੋ ਵੀ ਬਹੁਤ ਵਧੀਆ ਹੁੰਦਾ ਹੈ, ਪਰ ਮਤਲਬ ਕਿ ਫਿਰ ਉਹ 40 ਮਿੰਟ ਇੱਦਾਂ ਨਹੀਂ ਨਾ ਬਹਿ ਕੇ ਨਹੀਂ ਆ ਸਕਦੇ, ਫਿਰ ਜਿਮ ਦੇ ਵਿੱਚ ਇੱਦਾਂ ਨਹੀਂ ਕਿ ਗੱਲਬਾਤ ਹੀ ਨਹੀਂ ਕਰੀ ਜਾਣੀ ਜਾਂ ਮਿਲ ਨਹੀਂ ਜਾਣਾ ਕਿਸੇ ਨਾ ਕਿਸੇ ਨੂੰ, ਫਿਰ 40 ਮਿੰਟ ਜਿਹੜਾ ਤੁਰੇ ਰਹੋ, ਇੱਕ ਸੈੱਟ ਲਾਇਆ, ਦੂਜਾ ਲਾਇਆ, ਤੀਜਾ ਲਾਇਆ, ਰੈਸਟ ਜਿੰਨੀ ਚਾਹੀਦੀ ਉੰਨੀ ਲੈ ਕੇ, ਮਸ਼ੀਨ ਅਗਲੀ ਅਗਲੀ ਮਸ਼ੀਨ ਅਗਲੀ ਮਸ਼ੀਨ, ਮਿੰਟ ਰੈਸਟ ਜਿਹੜੀ ਹੈ 1 ਮਿੰਟ ਦੀ ਕਰ ਦਿਉ, ਅੱਧੇ ਮਿੰਟ ਦੀ ਕਰ ਦਿਉ, ਕਿਉਂਕਿ 2 ਘੰਟੇ ਵੀ ਲਾ ਹੀ ਦੇ ਆ ਅਤੇ ਕੰਮ ਕਰੀਦਾ ਵੀ ਨਹੀਂ ਆ 20 ਮਿੰਟ ਵਾਲਾ, ਅਤੇ ਕਦੀ ਕਦੀ ਅੱਧੇ ਘੰਟੇ 'ਚ ਹੀ ਆ ਕੀ ਇਹਨਾਂ ਹੁੰਦੇ ਆ ਪੂਰਾ ਐਂ ਜਲੂਸ ਕੱਢ ਲਈਦਾ ਸੀ ਇਹਦਾ। ਅੱਜ ਆਪਾਂ ਉਹਨਾਂ ਦਿਨਾਂ 'ਚ ਦਿਨ ਬਣਾਉਣਾ ਵਾ ਜਿੱਦਣ ਕਿਸੇ ਵੀ ਬਿਲਡਿੰਗ ਦੇ ਲਾਗੇ ਗੱਡੀ ਪਾਰਕ ਕਰਨ ਦਾ ਫਾਇਦਾ ਇਹ ਹੁੰਦਾ ਆ ਕਿ ਜਿਹੜੀਆਂ ਉਹਦੇ ਸਾਹਮਣੇ ਕੈਮਰੇ ਵਗੈਰਾ ਲੱਗੇ ਹੁੰਦੇ ਬਿਲਡਿੰਗ ਦੇ ਬਾਹਰ, ਉਹ ਫਿਰ ਬਾਹਰ ਪਾਰਕ ਕਰ ਦੇਖ ਲੈਂਦੇ, ਜਿਵੇਂ ਉਹ ਕੋਲ ਤੋਂ ਚਲਾਦਾ ਫਿਰ ਪਿੱਛੋਂ ਪ੍ਰੋਪਰਲੀ ਦੇਖ ਲੈਂਦੇ। ਇੱਦਾਂ ਕੈਮਰਾ ਲੱਗਾ ਇਹਨੇ ਕਾਰ ਉੱਪਰ, ਇਹ ਦੇਖ ਸਕਦਾ ਹੈ ਕਿ ਆਪਣੀ ਗੱਡੀ ਦੇਖਦੀ ਹੈ, ਉਹਨੂੰ ਜਿਹਦੇ ਵਿੱਚ ਕੋਈ ਕੱਢਣ ਦੀ ਕੋਸ਼ਿਸ਼ ਹੋਰੀ ਕਰਨ ਦੀ ਕੋਸ਼ਿਸ਼ ਕਰੂਗਾ ਪਾ ਲਾ ਜੂ।
ਚੰਗੀ ਗੱਲ ਹੈ ਤੇ ਇੱਕ ਮਾੜੀ ਗੱਲ ਹੈ। ਮਾੜੀ ਗੱਲ ਇਹ ਆ ਕਿ ਆਪਣੇ ਆ ਗੋਡੇ ਤੋਂ ਟੇਪ ਹੀ ਲੱਥੀ ਚਲੀ ਜਾਂਦੀ ਹੈ ਕਿਉਂਕਿ ਉਹ ਲੱਤ ਤੇ ਪਸੀਨਾ ਆ ਜਾਂਦਾ। ਚੰਗੀ ਗੱਲ ਇਹ ਆ ਖਿੱਚ ਕੇ ਲੱਗ ਰਿਹਾ ਸੋ ਪਸੀਨੋ ਪਸੀਨੀ ਹੋ ਰਹੇ ਆ ਤੇ ਪਸੀਨੇ ਨਾਲ ਜਿਹੜੀ ਲੱਤ ਗਿੱਲੀ ਹੋ ਜਾਂਦੀ ਫਿਰ ਟੇਪ ਜਿਹੜੀ ਗਲੂ ਰਹਿੰਦੀ ਨਹੀਂ ਉਹਦੀ। ਸੋ ਟੇਪ ਤਾਂ ਦੋਨੇ ਲੱਗ ਜੂ, ਵਰਕਆਊਟ ਵਧੀਆ ਕਰਨਾ। ਆਪਾਂ ਨੂੰ ਇੱਕ ਕੰਪਲੀਮੈਂਟ ਮਿਲ ਗਿਆ ਆ ਕਿ ਤੇਰਾ ਭਾਰ ਘਟਦਾ ਦਿਖ ਰਿਹਾ। ਹੁਣ ਤੁਸੀਂ ਕਮੈਂਟਾਂ ਜੋ ਮਰਜ਼ੀ ਮੋਟਾ ਮੋਟਾ ਲਿਖੀ ਜਾਓ, ਮੈਂ ਨਹੀਂ ਮੰਨਦਾ। ਆਪਾਂ ਨੂੰ ਮਿਲ ਗਿਆ ਕੰਪਲੀਮੈਂਟ। ਦੋ ਗੱਲਾਂ ਨੇ, ਇੱਕ ਤਾਂ ਬਾਹਰ ਮੀਂਹ ਪੈਣਾ ਸ਼ੁਰੂ ਹੋ ਗਿਆ, ਦੂਜੀ ਗੱਲ ਜਿਮ ਲਾਉਂਦਾ ਤਾਂ ਮੈਂ ਇੱਕ ਉਹ ਵੀਡੀਓ ਦੇਖਦਾ ਸੀਗਾ ਮਾੜੀ ਜੀ ਜਿਹੜੀ ਅਪਲੋਡ ਕਰਕੇ ਆਇਆ, ਉਹਦੀ ਆਡੀਓ ਦੀ ਕੁਆਲਿਟੀ ਫਿਰ ਮਾੜੀ ਅਤੇ ਮਾੜੀ ਕੁਆਲਿਟੀ ਜਿਹੜੀ ਮੈਂ ਉਹ ਚਾੜਨੀ ਨਹੀਂ ਚਾਹੁੰਦਾ ਯੂਟਿਊਬ 'ਤੇ, ਮੈਂ ਚਾੜਤੀ ਪੋਸਟ ਨਹੀਂ ਕਰਨੀ ਚਾਹੁੰਦਾ। ਸੋ ਉਹਦੇ ਕਰਕੇ ਹੁਣ ਘਰ ਜਾ ਕੇ ਉਹਨੂੰ ਦੋਹਰੇ ਥੋੜ੍ਹਾ ਜਿਹਾ ਐਡਿਟ ਕਰਕੇ ਥੋੜ੍ਹਾ ਜਿਹਾ ਪਾਉਣ ਦਾ। ਪਰ ਕੋਈ ਗੱਲ ਨਹੀਂ ਕਿਉਂਕਿ ਆਪਣਾ ਵਰਕਆਊਟ ਜਿਹੜਾ ਸੀਗਾ ਬਹੁਤ ਵਧੀਆ ਹੋ ਗਿਆ, ਬਹੁਤ ਵਧੀਆ ਬੈਕ ਡੇ ਲੱਗ ਗਿਆ, ਖਿੱਚ ਕੇ ਲਾਇਆ ਅਤੇ ਮੈਨੂੰ ਆਸ ਵੀ ਨਹੀਂ ਸੀਗੀ, ਮੈਨੂੰ ਆਪ ਨਹੀਂ ਸੀ ਲੱਗਦਾ ਕਿੰਨਾ ਵਧੀਆ ਵਰਕਆਊਟ ਲੱਗਦਾ ਸੀ ਇੰਨੇ ਥੋੜ੍ਹੇ ਟਾਈਮ ਦੇ ਵਿੱਚ। ਪੂਰੇ 45 ਮਿੰਟਾਂ ਦੇ ਵਿੱਚ ਆਪਾਂ ਖਿੱਚ ਕੇ ਬੈਕ ਸਾਰੀਆਂ ਐਕਸਰਸਾਈਜ਼ਾਂ ਲਾ ਕੇ ਪ੍ਰੋਪਰ ਵਰਕਆਊਟ ਕਰ ਲਿਆ, ਜਿੰਨੀਆਂ ਕਿ ਮੈਂ ਲਾਉਣੀ ਚਾਹੁੰਦਾ ਸੀਗਾ, ਹੋਰ ਵੀ ਲੱਗ ਸਕਦਾ ਸੀ ਪਰ ਵਧੀਆ ਲੱਗ ਗਿਆ। ਮੀਂਹ ਦੇਖ ਲਓ ਵੀ ਮੀਂਹ ਪੈ ਰਿਹਾ, ਫਿਰ ਨਾ ਕਿਉਂ ਮੀਂਹ ਨਹੀਂ ਸੀ ਦਿਖਾਇਆ ਕਿ ਗੋਡੇ ਨੂੰ ਜਿੱਦਾਂ ਇੱਥੋਂ ਜਿਹੜੀ ਨੀ ਕੈਪ ਆ ਉਹਨੂੰ ਉੱਪਰ ਨੂੰ ਪੁਸ਼ ਕਰਕੇ ਇੱਦਾਂ ਜਦੋਂ ਮਸਾਜ ਕਰਦੇ ਹਾਂ ਉਦੋਂ ਨੀ ਕੈਪ ਜਿਹੜੀ ਆਪਣੀ ਉਹਦੀ ਪੇਨ ਘੱਟ ਜਾਂਦੀ ਹੈ। ਮੈਂ ਕਰਕੇ ਦੇਖਿਆ ਸੀਗਾ, ਹੁਣ ਜਦੋਂ ਮੈਂ ਇਹ ਆਹ ਵਾਲਾ ਮੋਸ਼ਨ ਕਰਦਾ ਆਹ ਵਾਲਾ ਫਿਰ ਉਹਦੇ ਨਾਲ ਪੇਨ ਨਹੀਂ ਹੁੰਦੀ, ਮਤਲਬ ਇੱਦਾਂ ਪੀੜ ਨਹੀਂ ਹੁੰਦੀ, ਪਰ ਥੋੜ੍ਹੇ ਟਾਈਮ ਦੀ ਰਹਿੰਦੀ ਆ ਫਿਰ ਉਹਨੂੰ ਇੱਦਾਂ ਮਸਾਜ ਕਰਨਾ ਪੈਂਦਾ, ਫਿਰ ਮੈਂ ਇੱਦਾਂ ਵਾਲਾ ਮੋਸ਼ਨ ਕਰ ਸਕਦਾ। ਫਿਰ ਮੈਂ ਸੋਚਦਾ ਸੀਗਾ ਕਿ ਜੇਕਰ ਮੈਂ ਭੰਗੜਾ ਪਾਉਣਾ ਹੋਵੇ ਹੈ ਨਾ ਫਿਰ ਇੱਕ ਸਟੈਪ ਐਡ ਕਰ ਦੇਣਾ ਆਪਾਂ ਇਹਦੇ ਨਾਲ, ਓਕੇ ਗੁੱਡ ਨਾਈਟ, ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ, ਟਾਟਾ ਬਾਏ ਸਤਿ ਸ਼੍ਰੀ ਅਕਾਲ।